ਬੀਤੀ 3 ਅਕਤੂਬਰ ਨੂੰ ਬੱਸ ਟਰਮੀਨਲ ਅੰਮ੍ਰਿਤਸਰ ਵਿਖੇ ਦੋ ਬੱਸ ਕੰਪਨੀਆਂ ਦੇ ਦਰਮਿਆਨ ਟਾਈਮ ਟੇਬਲ ਨੂੰ ਲੈ ਕੇ ਝਗੜਾ ਹੋਇਆ ਸੀ, ਵਿਵਾਦ ਹੋਇਆ ਸੀ, ਜਿਸ ਵਿੱਚ ਗੋਲੀਆਂ ਵੀ ਚੱਲੀਆਂ ਸੀਗੀਆਂ ਅਤੇ 3 ਬੱਸਾਂ ਦੀ ਭੰਨਤੋੜ ਕੀਤੀ ਗਈ ਸੀ। ਇਸ ਸੰਬੰਧ ਵਿੱਚ ਪੁਲਿਸ ਵੱਲੋਂ 40 ਤੋਂ 50 ਬੰਦਿਆਂ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ ਅਤੇ ਉਸ ਵਿੱਚ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਦਾ ਨਾਮ ਵੀ ਜਿਹੜਾ ਸ਼ਾਮਿਲ ਕੀਤਾ ਗਿਆ, ਜਿਸ ਕਰਕੇ ਇਹ ਸੰਘਰਸ਼ ਵੇਟੇ ਜਾ ਰਿਹਾ, ਕਿਉਂਕਿ ਇਹ ਯੂਨੀਅਨ ਦਾ ਆਖਣਾ ਵੀ ਬਲਦੇਵ ਬੱਬੂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਦੱਸੋ ਜੀ ਆਪਣਾ ਨਾਮ, ਦੱਸੋ ਜਥੇ ਦਾ ਨਾਮ, ਦੱਸੋ ਔਰ ਕੀ ਕਹਿਣਾ ਚਾਹੁੰਦੇ। ਚੇਅਰਮੈਨ ਪੰਜਾਬ, ਤੁਹਾਡੇ ਘਰੇ ਅਰਜ਼ ਕਰਦਾ ਹਾਂ, ਜੋ ਬੱਬੂ ਦੇ ਉੱਤੇ ਪਰਚਾ ਆਇਆ ਬਿਲਕੁਲ ਨਜਾਇਜ਼ ਪਰਚਾ ਆਇਆ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਉਹ ਸਾਡਾ ਮਿੰਨੀ ਬੱਸ ਯੂਨੀਅਨ ਦਾ ਪ੍ਰਧਾਨ ਆ ਅਤੇ ਇਹ ਜਿਹੜੀਆਂ ਵੱਡੀਆਂ ਬੱਸਾਂ ਦੀ ਲੜਾਈ ਆ, ਵੱਡੀਆਂ ਬੱਸਾਂ ਦੇ ਵਿੱਚ ਉਹਨੂੰ ਘੜੀਸਿਆ ਗਿਆ ਵਾ, ਇਹ ਬਿਲਕੁਲ ਗਲਤ ਆ। ਜੇ ਸਾਡੇ ਬੱਬੂ ਦੇ ਪਰਚਾ ਕੈਂਸਲ ਨਾ ਕੀਤਾ ਤਾਂ ਅਸੀਂ ਸਾਰੇ ਪੰਜਾਬ ਦਾ, ਸਾਰੇ ਪੰਜਾਬ ਨੂੰ ਕਾਲ ਕਰਾਂਗੇ, ਸਾਰੇ ਪੰਜਾਬ ਸੜਕਾਂ ਦੇ ਆਵਾਂਗੇ, ਸਾਰੇ ਪੰਜਾਬ ਦੀਆਂ ਸੜਕਾਂ ਜਾਮ ਕਰਕੇ ਰੱਖ ਦਾਂਗੇ ਇਹ ਜਿੰਨਾ ਚਿਰ ਸਾਡਾ ਬੱਬੂ ਦਾ ਪਰਚਾ ਕੈਂਸਲ ਨਾ ਹੋ ਜਾਵੇ। ਅੱਛਾ, ਅੱਜ ਕੀ ਕੀਤਾ ਤੁਸੀਂ? ਅੱਜ ਜਿਹੜੀ ਅੱਜ ਇਸ ਕਰਕੇ ਇਕੱਠ ਕੀਤਾ, ਅੱਜ ਤਾਂ ਮੀਡੀਆ ਵਜਾ ਕੀਤਾ, ਦੱਸਿਆ ਸਿਰਫ ਆਪਣਾ ਪੁਲਿਸ ਨੂੰ ਵੀ ਅਸੀਂ ਹੈਗੇ ਹਾਂ, ਅਸੀਂ ਸਿਰਫ ਦੱਸਿਆ ਹੀ ਅਜੇ, ਅਜੇ ਨਹੀਂ ਅਸੀਂ ਕੋਈ ਇਕੱਠ ਕੁੱਠ ਨਹੀਂ ਕੀਤਾ, ਇਹ ਤਾਂ ਸਿਰਫ ਅਸੀਂ ਆਪਦੇ ਮੇਅਰ ਬੰਦੇ ਆਏ ਹਾਂ। ਅੱਜ ਬੱਸਾਂ ਵੀ ਬੰਦ ਕੀਤੀਆਂ ਲੋਕਾਂ ਨੇ? ਬੱਸਾਂ ਨਹੀਂ, ਆਈਡੀਆ ਬੰਦ ਕੀਤੀਆਂ, ਕੋਈ ਨਹੀਂ ਅਜੇ ਕੀਤਾ ਜੀ। ਅਜੇ ਪੁਲਿਸ ਕੁਛ ਰੂਟ ਕੀਤੇ ਆ, ਸਾਰੇ ਪੰਜਾਬ ਨੂੰ ਜੇ ਲੋੜ ਪਈ ਸਾਰੇ ਪੰਜਾਬ ਨੂੰ ਬੰਦ ਕਰਾਂਗੇ। ਪਤਾ ਲੱਗਿਆ ਬੱਬੂ ਦਾ ਇੱਕ ਦਿਨ ਦਾ ਰਿਮਾਂਡ ਵੀ ਲੈ ਗਿਆ ਸੀ ਪੁਲਿਸ ਵੱਲੋਂ? ਲਿਆ ਦੇ, ਉਹਨੇ ਪਹਿਲਾਂ 336 ਲਾਈ, 370 ਲਾਤੀ ਆ, 307 ਲਾਤੀ ਆ। ਹੁਣ ਤੁਹਾਡਾ ਕੀ ਆਖਣਾ? ਅੱਜ ਇੱਥੇ ਪੁਲਿਸ ਦੇ ਅਧਿਕਾਰੀ ਵੀ ਆਏ ਨੇ, ਆਪਣਾ ADCP ਵੀ ਆਏ ਨੇ, ਕੀ ਗੱਲਬਾਤ ਹੋਈ? ਸਾਡਾ ਇਹ ਵੀ ਬੱਬੂ ਦਾ ਪਰਚਾ ਕੈਂਸਲ ਕਰਕੇ, ਜਿਹੜੇ ਗੁੰਡੇ ਆ ਅਸੀਂ ਗੁੰਡਿਆਂ ਦੀ ਮਦਦ ਨਹੀਂ ਕਰਦੇ, ਗੁੰਡੇ ਬੇਸ ਸਾਰੇ ਅੰਦਰ ਠੋਕਣ, ਅਸੀਂ ਬੱਬੂ ਦੀ ਮਦਦ ਇਕੱਲੇ ਨਹੀਂ ਕਰਦੇ ਆ। ਬੱਬੂ ਨੂੰ ਅਸੀਂ ਉਹ ਬੇਨਾਕਿਆ ਕਿਸੇ ਵੀ ਸਾਡੇ ਕਿਸੇ ਵੀ ਜਿਹੜੇ ਡਾਂਗ ਫੜੀ ਹੋਏ ਜਾਂ ਛੋਟਾ ਫੜਿਆ ਜਾਂ ਕੋਈ ਸ਼ਹਿਰ ਕੋ ਹੋਏ, ਅਸੀਂ ਬੱਬੂ ਦੇ ਮਗਰ ਵੀ ਨਾ ਜਾਵਾਂਗੇ। ਪਰ ਬਿਲਕੁਲ ਨਜਾਇਜ਼ ਸਾਡਾ ਬੰਦਾ ਫੜਿਆ, ਉਹਨੂੰ ਰਿਹਾਅ ਕੀਤਾ ਜਾਵੇ। ਪਰ ਜੋ ਉੱਥੇ ਹੋਇਆ ਉਸ 3 ਤਰੀਕ ਨੂੰ ਗੋਲੀਆਂ ਵੀ ਚੱਲੀਆਂ, ਹਵਾਈ ਫਾਇਰ ਵੀ ਹੋਏ ਆ, 3 ਬੱਸਾਂ ਦੀ ਭੰਨਤੋੜ ਵੀ ਹੋਈ ਆ, ਜਿਹੜੇ ਬੰਦੇ ਇਹ 'ਚ ਸ਼ਾਮਲ ਆ ਉਹਨਾਂ ਖਿਲਾਫ਼ ਕੀ ਹੋਣਾ ਜੀ? ਉਹਨਾਂ ਖਿਲਾਫ਼ ਪਰਚਾ ਹੋਣਾ ਜੀ। ਪਰਚਾ ਤਾਂ ਪੁਲਿਸ ਨੇ ਕਰ ਦਿੱਤਾ, ਪਰਚਾ ਜੋ ਫੜਨੇ ਚਾਹੀਦੇ ਗੁੰਡੇ ਜਿਹਨੇ ਗੋਲੀਆਂ ਚਲਾਈਆਂ, ਉਹ ਫੜਨੇ ਚਾਹੀਦੇ, ਇਹਨਾਂ ਹੱਥ ਕਿਰਪਾਨਾਂ ਉਹਨੇ ਫੜਨੀਆਂ ਚਾਹੀਦੀਆਂ। ਅਸੀਂ ਉਹਨਾਂ ਨੇ ਨਹੀਂ ਸਹਿਮਤ, ਅਸੀਂ ਇਕੱਲੇ ਬੱਬੂ ਦੇ ਜੇ ਹੱਥ 'ਚ ਕੋਈ ਸ਼ਹਿ ਆ, ਅਸੀਂ ਉਹਨਾਂ ਅਸੀਂ ਪਛਾਣ ਜਾਵਾਂਗੇ ਬੱਬੂ ਦੇ ਜੇ ਕੋਈ ਉਹਦੇ ਹੱਥ 'ਚ ਛੋਟਾ। ਪ੍ਰਸ਼ਾਸਨ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? CC ਕੈਮਰੇ 'ਤੇ ਵੇਖ ਲੈਣਾ, ਸਾਰੇ ਕੈਮਰੇ ਉੱਥੇ ਲੱਗੇ, ਉਹ ਤੋਂ ਵੇਖ ਕੇ ਸਾਡਾ ਇਨਸਾਫ ਮੰਗਦੇ ਆ। ਜੇਕਰ ਪੁਲਿਸ ਬੱਬੂ ਨੂੰ ਨਹੀਂ ਰਿਹਾਅ ਕਰਦੀ, ਪਰਚਾ ਕੈਂਸਲ ਨਹੀਂ ਹੁੰਦਾ, ਤਾਂ ਕੀ ਅਗਲਾ ਕੀ ਤੁਹਾਡਾ ਕਦਮ ਹੈ? 16 ਤਰੀਕ ਨੂੰ ਪੰਜਾਬ ਜ਼ਿਲ੍ਹਾ ਵਿੱਚ ਇਕੱਠ ਹੋਊਗਾ, ਉਸ ਤੋਂ ਕਰੀ ਪੰਜਾਬ ਲੈਵਲ ਤੱਕ ਸਾਰਾ ਇਕੱਠ ਕਰਕੇ ਇੱਥੇ ਵੱਧ ਤੋਂ ਵੱਧ ਇਕੱਠ ਕਰਾਂਗੇ। ਅਤੇ ਇਹ ਸਨ ਮਿੰਨੀ ਬੱਸ ਓਪਰੇਟਰ ਯੂਨੀਅਨ ਦੇ ਚੇਅਰਮੈਨ, ਪੰਜਾਬ ਦੇ ਚੇਅਰਮੈਨ, ਜਿਨ੍ਹਾਂ ਨੇ ਆਖਿਆ ਵੀ ਜੇਕਰ ਬਲਦੇਵ ਸਿੰਘ ਬੱਬੂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਕੀਤਾ ਗਿਆ ਉਹਨੂੰ ਰੱਦ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਤਾਂ ਸਾਡੇ ਨਾਲ ਹੋਰ ਵੀ ਯੂਨੀਅਨ ਦੇ ਨੁਮਾਇੰਦੇ ਮੌਜੂਦ ਨੇ। ਦੱਸੋ ਜੀ ਤੁਹਾਡਾ ਕੀ ਨਾਮ ਹੈ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਜਗਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਪੰਜਾਬ ਮਿੰਨੀ ਬੱਸ ਐਸੋਸੀਏਸ਼ਨ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਬਲਦੇਵ ਸਿੰਘ ਬੱਬੂ ਜੋ ਤਰਨਤਾਰਨ ਅੰਮ੍ਰਿਤਸਰ ਡਿਸਟ੍ਰਿਕਟ ਦਾ ਪ੍ਰੈਜੀਡੈਂਟ ਵਾ, ਉਹ ਬਿਲਕੁਲ ਨਿਰਦੋਸ਼ ਆ 3 ਤਰੀਕ ਦੀ ਲੜਾਈ ਦੇ ਵਿੱਚ, ਇਸ ਕਰਕੇ ਉਹਦਾ ਜਿਹੜਾ ਪਰਚਾ ਵਾ ਉਹ ਰੱਦ ਕੀਤਾ ਜਾਵੇ। ਜੇ ਪ੍ਰਸ਼ਾਸਨ ਨੇ ਸਿਆਸੀ ਸ਼ਹਿ ਦੇ ਉੱਤੇ ਪਰਚਾ ਨਾ ਰੱਦ ਕੀਤਾ ਤਾਂ ਅਸੀਂ ਪ੍ਰਸ਼ਾਸਨ ਨੂੰ ਦੱਸਤਾ ਵਾ ਵੀ 16 ਤਰੀਕ ਨੂੰ ਅਸੀਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਇਕੱਠ ਕਰਾਂਗੇ। ਜੇ ਉੱਧਰ ਵੀ ਸਾਡਾ ਨਾਂ ਸੁਣਵਾਈ ਕੀਤੀ ਗਈ, ਉਸ ਤੋਂ ਬਾਅਦ ਫਿਰ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਅਤੇ ਮਿੰਨੀ ਬੱਸ ਐਸੋਸੀਏਸ਼ਨ ਪੰਜਾਬ ਜਿਹੜੀ ਉਹਦਾ ਪੂਰੇ ਪੰਜਾਬ ਚੱਕਾ ਜਾਮ ਕੀਤਾ ਜਾਊ, ਜਿਹਦੀ ਜ਼ਿੰਮੇਵਾਰੀ ਜਿਹੜੀ ਉਹ ਪ੍ਰਸ਼ਾਸਨ ਦੀ ਹੋਊਗੀ। ਅੱਛਾ, ਤੁਸੀਂ ਦੱਸੋ ਜੀ ਜਦੋਂ ਪੁਲਿਸ ਕੋਈ ਪਰਚਾ ਦਰਜ ਕਰਦੀ ਹੈ, FIR ਦਰਜ ਕਰਦੀ ਹੈ, ਤਾਂ ਉਹਦੀ ਪਹਿਲੇ ਜਾਂਚ ਕੀਤੀ ਜਾਂਦੀ ਹੈ, ਕੀ ਗੱਲ ਇਸ ਦੇ ਵਿੱਚ ਜਾਂਚ ਨਹੀਂ ਕੀਤੀ ਗਈ ਜਿਹੜਾ ਬਲਦੇਵ ਬੱਬੂ ਨੂੰ ਵਿੱਚ ਸ਼ਾਮਲ ਕੀਤਾ ਗਿਆ? ਇਹਦੇ ਵਿੱਚ ਜੀ ਪੋਲੀਟੀਕਲ ਸ਼ੈ ਸੀ, ਜਿਹੜਾ ਮਤਲਬ ਕਿ ਮਗਰੋਂ ਪੋਲੀਟੀਕਲ ਦਬਾਅ ਪੈ ਰਿਹਾ ਸੀ ਉਹਦੇ ਕਰਕੇ ਇਹ ਤਾਂ ਕੋਈ ਵੀ FIR ਦਰਜ ਕਰਨ ਤੋਂ ਪਹਿਲਾਂ ਇਹਨੂੰ ਅਰੈਸਟ ਕੀਤਾ ਗਿਆ ਅਤੇ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਮਤਲਬ ਕਿ ਇਹਨਾਂ ਇਨਕੁਆਇਰੀ ਨਹੀਂ ਕੀਤੀ ਕਿ ਜਿਹਦੇ ਵਿੱਚ ਬਲਦੇਵ ਸਿੰਘ ਬੱਬੂ ਨਿਰਦੋਸ਼ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਜਿਹੜਾ ਧਰਨਾ ਲਾਇਆ ਵਾ, SP ਵੀ ਇੱਥੇ, ADCP ਵੀ ਆਏ ਸੀਗੇ, ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਦਿੱਤਾ? ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਸਾਰੇ CCTV ਕੈਮਰੇ ਚੈੱਕ ਕਰਦੇ ਹਾਂ, ਜੇ ਚਾਹੇ ਉਹਦੇ ਵਿੱਚ ਬਲਦੇਵ ਸਿੰਘ ਬੱਬੂ ਨਿਰਦੋਸ਼ ਹੋਇਆ ਬਿਲਕੁਲ, ਤਾਂ ਅਸੀਂ ਤੁਹਾਨੂੰ ਵਿਸ਼ਵਾਸ ਦਵਾ ਕੇ ਜਾਂਦੇ ਹਾਂ ਕਿ ਅਸੀਂ ਉਹਨੂੰ ਮਤਲਬ ਕਿ ਬਗੈਰ ਕਿਸੇ ਕਾਰਵਾਈ ਤੋਂ ਉਹਨੂੰ ਰਿਹਾਅ ਕਰਾਂਗੇ ਅਤੇ ਮਤਲਬ ਕਿ ਅਸੀਂ ਉਹਨੂੰ ਕਿਸੇ ਕਿਸਮ ਦੀ ਕੋਈ ਵੀ ਉਹਦੀ ਮਤਲਬ ਕਿ ਕਾਰਵਾਈ ਨਹੀਂ ਕਰਾਂਗੇ। ਜੇਕਰ ਡਿਮਾਂਡਸ ਨਹੀਂ ਪੂਰੀਆਂ ਹੁੰਦੀਆਂ ਤਾਂ ਅਗਲਾ ਐਕਸ਼ਨ ਕੀ ਵਿਟਿਆ ਜਾਊਗਾ? ਜੇ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਤਾਂ 16 ਤਰੀਕ ਨੂੰ ਅਸੀਂ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕੱਠ ਕਰਕੇ ਇੱਥੇ ਅਤੇ ਅੰਮ੍ਰਿਤਸਰ ਜ਼ਿਲ੍ਹਾ ਮਿੰਨੀ ਬੱਸਾਂ ਲਾਓ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਬੰਦ ਕਰਾਂਗੇ ਅਤੇ ਇੱਥੇ ਇਕੱਠ ਕਰਾਂਗੇ। ਜੇ ਉਸ ਤੋਂ ਬਾਅਦ ਵੀ ਸਾਡਾ ਮਤਲਬ ਕਿ ਕੋਈ ਵੀ ਕਾਰਵਾਈ ਸਾਡੀ ਸੁਣਵਾਈ ਨਹੀਂ ਹੁੰਦੀ, ਉਸ ਤੋਂ ਬਾਅਦ ਵਿੱਚ ਅਸੀਂ ਸਾਰੇ ਪੰਜਾਬ ਨੂੰ ਕਾਲ ਕਰਕੇ ਪੰਜਾਬ ਨੂੰ ਬੰਦ ਕਰਕੇ ਇੱਕ ਮਤਲਬ ਕਿ ਇਹ ਸੰਘਰਸ਼ ਜਾਰੀ ਰੱਖਾਂਗੇ।
ਤੇ 16 ਤਰੀਕ ਦਾ ਅਲਟੀਮੇਟਮ ਜਿਹੜਾ ਯੂਨੀਅਨ ਵੱਲੋਂ ਦਿੱਤਾ ਜਾ ਰਿਹਾ ਹੈ। ਲਗਾਤਾਰ ਯੂਨੀਅਨ ਦਾ ਇਹੀ ਆਖਣਾ ਕਿ ਬਲਦੇਵ ਸਿੰਘ ਬੱਬੂ ਇਸ ਮਾਮਲੇ ਵਿੱਚ ਨਿਰਦੋਸ਼ ਨੇ, ਉਹਨਾਂ ਨੂੰ FIR ਵਿੱਚੋਂ ਬਾਹਰ ਕੱਢਿਆ ਜਾਵੇ ਤੇ ਜਿਹੜੇ ਵੀ ਦੋਸ਼ੀ ਲੋਕ ਹੈਗੇ ਨੇ ਉਹਨਾਂ ਖਿਲਾਫ ਭਾਵੇਂ ਪੁਲਿਸ ਜਿਹੜੀ ਵੀ ਜਬਾਨੀ ਕਾਰਵਾਈ ਉਹ ਕਰੇ, ਪਰ ਬਲਦੇਵ ਸਿੰਘ ਬੱਬੂ ਦੇ ਖਿਲਾਫ ਜਿਹੜੀ ਵੀ ਕਾਰਵਾਈ ਨਜਾਇਜ਼ ਕੀਤੀ ਜਾ ਰਹੀ ਆ ਉਸਦੇ ਖਿਲਾਫ ਅੱਜ ਯੂਨੀਅਨਾਂ ਧਰਨੇ 'ਤੇ ਬੈਠੀਆਂ ਨੇ ਤੇ 16 ਤਰੀਕ ਦਾ ਅਲਟੀਮੇਟਮ ਦਿੱਤਾ ਜਾ ਰਿਹਾ। ਜੇਕਰ 16 ਤਰੀਕ ਤੱਕ ਇਹਨਾਂ ਦੀ ਮੰਗ ਹੈ ਵੀ ਬੱਬੂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਜਿਹੜਾ ਉਹ ਤਿੱਖਾ ਕੀਤਾ ਜਾਊਗਾ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।